ਜੇ ਤੁਸੀਂ ਬਿਲਾਵਲ ਭੁੱਟੋ ਨੂੰ ਪੀਪਲ ਪਾਰਟੀ ਦਾ ਵਾਰਸ ਮੰਨ ਲਓ ਤੇ ਫਿਰ ਮੈਂ ਵੀ ਪੰਜਾਬੀ ਦਾ ਵਾਰਸ। ਪੰਜਾਬੀ ਦੇ ਸਾਰੇ ਵਾਰਸ ਨੇ ਜਿਹੜੇ ਇਸ ਧਰਤੀ ਤੇ ਜਾਪਦੇ ਨੇ। ਇਹਨਾਂ ਦੇ ਆਪਰੇਸ਼ਨ ਤੋਂ ਬਾਅਦ ਨਾ ਜੀ ਸਰਦਾਰ ਸਾਹਿਬ ਹੋਰਾਂ ਦੇ ਇਹਨਾਂ ਨੇ ਧਿਆਨ ਤਾਂ ਕੀਤਾ ਕਿ ਇਹਨਾਂ ਨੂੰ ਇਹ ਮਹਿਸੂਸ ਹੋਇਆ, ਮੇਰੀ ਜਿਹੜੀ ਆਬਜ਼ਰਵੇਸ਼ਨ, ਇਹਨਾਂ ਨੂੰ ਮਹਿਸੂਸ ਹੋਇਆ ਕਿ ਸਾਨੂੰ ਖਤਮ ਕੀਤਾ ਜਾ ਰਿਹਾ। ਇਹਨਾਂ ਨੇ ਆਪਣੇ ਆਪ ਨੂੰ ਜ਼ਿੰਦਾ ਰੱਖਣ ਵਾਸਤੇ ਇੱਕ ਜ਼ਿੰਦਾ ਕੌਮ ਹੋਣ ਦਾ ਸਬੂਤ ਦਿੱਤਾ ਔਰ ਸਭ ਤੋਂ ਪਹਿਲੇ ਇਹਨਾਂ ਨੇ ਆਪਣੀ ਜ਼ੁਬਾਨ ਤਿਆਰ ਕੀਤਾ। ਕਿਸੇ ਵੀ ਚੀਜ਼ ਨੂੰ ਵੇਚਣ ਵਾਸਤੇ, ਇੰਟਰੋਡਿਊਸ ਕਰਨ ਵਾਸਤੇ ਜਿਹੜੀ ਬਾਹਰ ਸ਼ੈਵਾਂ ਡਿਸਪਲੇ ਕੀਤੀਆਂ ਜਾਂਦੀਆਂ ਨਾ, ਉਹ ਇਹਦਾ ਮਤਲਬ ਇਹ ਹੁੰਦਾ ਕਿ ਇਸ ਹੱਡੀ ਦੀਆਂ ਸਭ ਤੋਂ ਅਹਿਮ ਚੀਜ਼ਾਂ ਨੇ। ਤੁਸੀਂ ਅਗਰ ਪੰਜਾਬੀ ਨੂੰ, ਪੰਜਾਬੀ ਕਲਚਰ ਨੂੰ, ਪੰਜਾਬੀ ਜ਼ੁਬਾਨ ਨੂੰ, ਪੰਜਾਬੀ ਰਹਿਤਲ ਨੂੰ ਜੇ ਤੁਸੀਂ ਇੰਟਰੋਡਿਊਸ ਕਰਾਉਣਾ ਚਾਹੁੰਦੇ ਹੋ ਤੇ ਡਿਸਪਲੇ ਚ ਤੁਹਾਨੂੰ ਸਭ ਤੋਂ ਪਹਿਲੇ ਪੰਜਾਬੀ ਜ਼ੁਬਾਨ ਨਜ਼ਰ ਆਵੇਗੀ। ਔਰ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਇਸ ਦੌਰ ਚ ਇੱਕ ਦੌਰ ਸੀ ਕਿ ਕਿਸੇ ਲੈਂਗੁਏਜ ਨੂੰ ਡਿਸਪਲੇ ਕਰਨ ਵਾਸਤੇ ਕਿਤਾਬਾਂ ਛਪਦੀਆਂ ਸਨ। ਕਿਤਾਬ ਚੂੰਕਿ ਬੰਦ ਕਰਕੇ ਅਸੀਂ ਹੱਡੀ ਦੇ ਪਿਛਲੇ ਕਮਰੇ ਚ ਰੱਖ ਦਿੱਤੀ ਹੈ ਔਰ ਜਿਹੜੀਆਂ ਸਾਹਮਣੇ ਚੀਜ਼ਾਂ ਆ ਗਈਆਂ ਨੇ ਉਹ ਇਲੈਕਟ੍ਰੋਨਿਕ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਸਿਨੇਮਾ ਹੈ, ਜਿੱਦਤ ਆ ਗਈ ਹੈ ਨਾ ਜੀ, ਤੇ ਉਹਦੇ ਵਿੱਚ ਸਿਨੇਮਾ ਬਹੁਤ ਆਮ ਹੈ, ਬਹੁਤ ਆਮ ਹੈ। ਇਹਨਾਂ ਲੋਕਾਂ ਨੇ ਫਿਰ ਧਿਆਨ ਕੀਤਾ ਹੈ ਤੇ ਆਪਣੇ ਲੈਂਗੁਏਜ ਨੂੰ, ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਜ਼ਿੰਦਾ ਰੱਖਣ ਵਾਸਤੇ ਇਹਨਾਂ ਸਾਰਿਆਂ ਰੱਖ ਕੇ ਸਿਨੇਮੇ ਵੱਲ ਧਿਆਨ ਕਰਨਾ ਸ਼ੁਰੂ ਕਰ ਦਿੱਤਾ। ਔਰ ਇਹ ਸਾਰੇ ਬੜੇ ਮੁੱਦੇ ਧੋ ਕੇ ਕੰਮ ਕਰਦੇ ਨੇ। ਉਹ ਬਾਬਾ ਗੁਰੂ ਨਾਨਕ ਜੀ ਦਾ ਇੱਕ ਸ਼ੇਰ ਹੈ, ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ, ਉਹਨੂੰ ਤੋੜਨ ਨਾਲ ਵਿਹਾਰ ਨਹੀਂ, ਉਹਨੂੰ ਜੋੜਨ ਨਾਲ ਪ੍ਰੀਤ। ਇਹਨਾਂ ਦਾ ਮਜ਼ਹਬ ਦੇ ਵਿੱਚ ਬਾਬਾ ਜੀ ਦਾ ਫਰਮਾਨ ਜਿਹੜਾ ਉਹਦੇ ਤੇ ਬੜੀ ਧਿਆਨ ਨਾਲ ਔਰ ਸਖਤੀ ਨਾਲ ਔਰ ਜ਼ਾਹਿਰ ਹੈ ਇਬਾਦਤ ਸਮਝ ਕੇ ਉਹਦੇ ਤੇ ਅਮਲ ਕਰਦੇ ਨੇ। ਵੈਸੇ ਤੇ ਸਾਰੀ ਇਨਸਾਨੀਅਤ ਵਾਸਤੇ ਬੜਾ ਸੋਹਣਾ ਮੈਸੇਜ ਹੈ। ਇਹਨਾਂ ਨੇ ਜੁੜ ਕੇ ਨਾ ਜੀ, ਇਹ ਕੈਨੇਡਾ ਬੈਠੇ ਹੋਣ, ਇੰਗਲੈਂਡ ਬੈਠੇ ਹੋਣ, ਇੰਡੀਆ ਚ ਹੋਣ, ਪਾਕਿਸਤਾਨ ਚ ਫਿਰਨ ਡੇ ਹੋਣ, ਇਹ ਆਪਣੇ ਕਲਚਰ ਨਾਲ, ਆਪਣੇ ਪੰਜਾਬ ਨਾਲ ਜੁੜੇ ਰਹਿੰਦੇ ਨੇ। ਯਾਨੀ ਸਾਰੀਆਂ ਗੱਲਾਂ ਤੁਹਾਨੂੰ ਆਪਣੀ ਅਬਜ਼ਰਵੇਸ਼ਨ ਦਾ ਰਿਜ਼ਲਟ ਦੱਸ ਰਹੀਆਂ। ਉਹ ਕਿਸ ਤਰ੍ਹਾਂ, ਉਹ ਇਸ ਤਰ੍ਹਾਂ ਜਨਾਬ ਕਿ ਤੁਸੀਂ ਇਹ ਦੇਖੋ ਕਿ ਇਹਨਾਂ ਲੋਕਾਂ ਨੇ ਰਲ ਇੱਕ ਇੱਕ ਮਿਸਾਲ ਮੈਂ ਤੁਹਾਨੂੰ ਦੇਣਾ। ਮੈਨੂੰ ਹੰਸਰਾਜ ਹੰਸ ਜੀ ਬੜੇ ਪਿਆਰੇ ਦੋਸਤ ਨੇ ਸਾਡੇ ਭਰਾ ਨੇ, ਉਹਨਾਂ ਨੇ ਮੈਨੂੰ ਮੈਸੇਜ ਦਿੱਤਾ ਕਿ ਯਾਰ ਇੱਥੇ ਕਿ ਮੈਂ ਫਸਟ ਟਾਈਮ ਕਿਸੇ ਜਗ੍ਹਾ ਤੇ ਗੱਲ ਦੱਸ। ਉਹਨਾਂ ਨੇ ਕਿਹਾ ਯਾਰ ਇੱਥੇ ਜਿਹੜੇ ਕਰਤਾਰਪੁਰ ਨੂੰ ਨਾ ਸੀ ਔਰ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਉੱਥੇ ਅਸੀਂ ਸਾਰਾ ਥੋੜੀ ਉੱਥੇ ਕੰਸਟਰਕਸ਼ਨ ਕਰਨੀ ਚਾਹੁੰਦੇ ਹਾਂ ਔਰ ਜਿੱਦਤ ਲਿਆਉਣੀ ਚਾਹੁੰਦੇ ਹਾਂ, ਉਹਦੇ ਵਾਸਤੇ ਸਾਡੇ ਇੱਕ ਭਾਈ ਸਾਹਿਬ ਨੇ, ਜਿਸ ਤਰ੍ਹਾਂ ਸਾਡੇ ਕਹਿ ਲਓ ਔੜੀਆ ਵੱਡੇ ਬਜ਼ੁਰਗ, ਅੱਜ ਕੱਲ ਉਹ ਡਾਕਟਰ ਮੋਹਨ ਜਾਂ ਡਾਕਟਰ ਮਨਮੋਹਨ ਸਾਹਿਬ ਨੇ ਜਿਹੜੇ ਬਰਮਿੰਘਮ ਹੁੰਦੇ ਨੇ, ਡਾਕਟਰ ਮਨਮੋਹਨ ਸਾਹਿਬ, ਭਾਈ ਸਾਹਿਬ ਡਾਕਟਰ ਮਨਮੋਹਨ ਸਾਹਿਬ ਬਰਮਿੰਘਮ ਹੁੰਦੇ ਨੇ, ਉਹਨਾਂ ਨੇ ਆਉਣਾ ਤੁਹਾਡੇ ਕੋਲ ਇੱਥੇ ਪਾਕਿਸਤਾਨ ਤੇ ਉਹਨਾਂ ਨੂੰ ਵਜ਼ੀਰ ਆਲਾ ਸਾਹਿਬ ਨਾਲ ਮਿਲਾ ਦਿਓ। ਉਹਨਾਂ ਨੇ ਕਰਤਾਰਪੁਰ ਦੇ ਹਵਾਲੇ ਨਾਲ ਔਰ ਬਾਬਾ ਜੀ ਗੁਰੂ ਨਾਨਕ ਸਰਕਾਰ ਦੇ ਉੱਥੇ
ਕਰਨਾ ਹੈ ਸਾਰਾ ਕੰਸਟਰਕਸ਼ਨ ਔਰ ਉੱਥੇ ਸਾਰੀ ਖੂਬਸੂਰਤੀ ਬਣਾਉਣੀ ਹੈ ਤਾਂ ਕਿ ਲੋਕ ਦੂਰੋਂ ਦੂਰੋਂ ਆ ਕੇ ਉੱਥੇ ਬੈਨ ਕਰੇ। ਉਹ ਆ ਗਏ ਜੀ, ਉਹਨਾਂ ਨੂੰ ਮੈਂ ਲੈ ਗਿਆ ਉੱਥੇ ਸੀਐਮ ਸਾਹਿਬ ਕੋਲ। ਉਹਨਾਂ ਨੇ ਸੀਐਮ ਸਾਹਿਬ ਨੇ ਵੀ ਡੀਸੀ ਸੀਏ ਉਹ ਸਾਰੇ ਉੱਥੇ ਆਪਣਾ ਨਨਕਾਣਾ ਸਾਹਿਬ ਤੋਂ ਬੁਲਾਏ ਸਨ ਆਫਿਸਰ। ਉਹਨਾਂ ਨੇ ਕਿਹਾ ਜੀ ਅਸੀਂ ਇਸ ਵੱਲੋਂ ਮੈਂ ਜਾਣਾ ਵਾ, ਮੈਨੂੰ ਬੜਾ ਹੀ ਪਿਆਰ ਉਹਨਾਂ ਦੇ ਇਸ ਵੱਲੋਂ ਆਇਆ ਕਿ ਉਹਨਾਂ ਨੇ ਸਰ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਂ ਜਦੋਂ ਵੀ ਲਿਆ ਨਾ ਡਾਕਟਰ ਮਨਮੋਹਨ ਸਾਹਿਬ ਨੇ, ਉਹ ਇਤਨੇ ਪਿਆਰ ਨਾਲ ਲਿਆ, ਨਾਲ ਉਹਨਾਂ ਨੇ ਦਰੋਦ ਵੀ ਪੜਿਆ। ਤੇ ਉਹਨਾਂ ਜੀ ਉੱਥੇ ਕੋਈ ਹੈਗਾ ਏ ਕੋਈ ਮਸਬੀ ਕੋਈ ਬਣੀ ਕਮੇਟੀ ਸਾਊਦੀ ਅਰਬ ਦੀ, ਉਹਦੇ ਉਹ ਮੈਂਬਰ ਵੀ ਨੇ, ਠੀਕ ਹੈ ਨਾ ਜੀ, ਉਹ ਮੈਂਬਰ ਵੀ ਨੇ ਉਹਦੇ ਉਸ ਸਾਰੇ ਮਜ਼ਹਬ ਦੀ ਜਿਹੜੀ ਉੱਥੇ ਕੋਈ ਬਣੀ ਹੈ ਕਮੇਟੀ ਬੈਨੁਲ ਇਕਵਾਮੀ। ਉਹ ਆਖਦੇ ਨੇ ਜੀ ਉੱਥੇ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਤੁਸੀਂ ਦੇਖੋ ਰੋਜ਼ੇ ਤੇ ਉਹ ਖੂਬਸੂਰਤੀ ਇੰਨੀ ਬਣ ਗਈ ਹੈ, ਹੁਣ ਇੱਕੋ ਸਰਕਾਰ ਦੀ ਇਹਤਰਾਮ ਔਰ ਮੁਹੱਬਤ, ਔਰ ਦੂਸਰਾ ਉੱਥੇ ਜਾ ਕੇ ਜਿਹੜੇ ਬਹਿੰਦੇ ਨੇ ਉਹ ਬੜਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਨੇ, ਔਰ ਉੱਥੇ ਹੁਣ ਸਾਰਾ ਸਾਰਾ ਦਿਨ ਦੋ ਦੋ ਦਿਨ ਤਿੰਨ ਤਿੰਨ ਦਿਨ ਲੋਕੀ ਬੈਠੇ ਰਹਿੰਦੇ। ਤੇ ਅਸਾਂ ਸੋਚਿਆ ਕਿ ਅਸੀਂ ਇੱਥੇ ਵੀ ਬਾਬਾ ਜੀ ਦੇ ਵੀ ਕੋਈ ਉਸੇ ਖਿਆਲ ਨੂੰ ਮੱਦੇਨਜ਼ਰ ਰੱਖਦੇ ਅਸੀਂ ਵੀ ਸੋਚਦੇ ਹਾਂ ਪੈ ਕੇ ਉੱਥੇ ਅਸੀਂ ਅੱਛੀ ਸਿਟਿੰਗ ਬਣਾ ਦੀ। ਉਹ ਸਾਰਾ ਕੁਛ ਕਰਨ ਦੇ ਬਾਅਦ ਉਹ ਸੀ ਐਮ ਸਾਹਿਬ ਆਉਂਦੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਇਹਦੇ ਵਾਸਤੇ ਤੁਹਾਨੂੰ ਕਿੰਨਾ ਕੁ ਬਜਟ ਚਾਹੀਦਾ? ਤੇ ਉਹ ਬਾਬਾ ਜੀ ਕਹਿੰਦੇ ਨੇ ਨਹੀਂ ਮੀਆਂ ਜੀ, ਬਜਟ ਸਾਰਾ ਮੇਰੀ ਜੇਬ ਚ। ਬਜਟ ਇਹਨਾਂ ਦੀ ਜੇਬ ਵਿੱਚ, ਇਹਦੇ ਫਿਰ ਚਾਹੁੰਦੇ ਕੀ ਨੇ? ਅਦੇ ਜੀ ਬਸ ਅਸੀਂ ਸਿਕਿਉਰਿਟੀ ਚਾਹੁੰਦੇ ਹਾਂ ਔਰ ਇਜਾਜ਼ਤਾਂ ਚਾਹੁੰਦੇ ਹਾਂ ਅਸੀਂ, ਤੇ ਇੱਥੇ ਸਾਨੂੰ ਤੁਸੀਂ ਇਜਾਜ਼ਤ ਦੇ ਦਿਓ ਕਰਨ ਦੀ, ਤੇ ਉਹ ਸਾਰਾ ਕੁਛ ਅਸੀਂ ਆਪ ਕਰਾਂਗੇ। ਉਹ ਪਤਾ ਲੱਗਾ ਕਿ ਇਹ ਸਾਰੀ ਦੁਨੀਆਂ ਚ ਸਰਦਾਰ ਜਿੱਥੇ ਵੀ ਬੈਠੇ ਹੋਣ ਨਾ ਜੀ, ਇਹਨਾਂ ਨੂੰ ਇੱਕ ਆਵਾਜ਼ ਪੈਂਦੀ ਹੈ ਤਾਂ ਬਈ ਇਹ ਕੰਮ ਕਰਨਾ ਹੈ, ਤੇ ਸਾਰਾ ਕੁਛ ਲੁਟਾਉਣ ਵਾਸਤੇ ਤਿਆਰ ਹੋ ਜਾਂਦਾ। ਅਹਿਮੀਅਤ ਜਿਹੜੀ ਇਹਨਾਂ ਚ ਸਭ ਤੋਂ ਪਹਿਲੇ ਉਹ ਪੈਦਾ ਕਰਨਾ ਬੜਾ ਜ਼ਰੂਰੀ ਹੈ। ਉਹਦੇ ਵਾਸਤੇ ਹੁਣ ਇਸ ਜਦੀਦ ਦੌਰ ਚ ਡੈਫੀਨੇਟ ਜਿਹੜਾ ਮੀਡੀਆ ਹੈ ਉਹ ਬੜਾ ਹੀ ਅਹਿਮ ਹੈ, ਇਲੈਕਟ੍ਰੋਨਿਕ ਮੀਡੀਆ ਖਾਸ ਤੌਰ ਤੇ। ਸਾਡੇ ਇੱਥੇ ਹੋਇਆ ਹੈ ਜੀ ਕਿ ਇੱਕ ਤੇ ਜਿਸ ਤਰ੍ਹਾਂ ਹੁਣੇ ਮੇਰੇ ਖਿਆਲ ਵੀਰ ਸਾਹਿਬ ਨੇ ਜਾਂ ਕੈਸਰ ਸਾਹਿਬ ਨੇ ਫਰਮਾਇਆ ਕਿ ਗੌਰਮੈਂਟ ਦੀ ਕੋਈ ਤਵੱਜੋ ਕਦੀ ਵੀ ਨਹੀਂ ਹੋਈ। ਅੱਛਾ, ਗੌਰਮੈਂਟ ਨੂੰ ਛੁੱਟੇ, ਸਾਡੀ ਨੂੰ ਹੋਰ ਬੜੇ ਸਿਆਪੇ ਨੇ, ਹੁਣ ਸੇਮ ਇੰਡੀਆ ਚ ਵੀ ਇਸੇ ਤਰ੍ਹਾਂ ਹੀ ਸੀ, ਹੁਣ ਕੁਛ ਅੱਛਾਈ ਉੱਥੇ ਬਿਹਤਰੀ ਆ ਗਈ ਹੈ, ਉਹ ਵੀ ਲੌਂਗ ਰਨ ਨੂੰ ਵਿਚਾਰੇ ਵੀ ਪਰੇਸ਼ਾਨ ਲੋਕ ਰਹੇ ਨੇ, ਮਗਰ ਇਹ ਸੋਚਦਿਆਂ ਰਹਿੰਦੇ ਅਗਰ ਕਿ ਸਰਦਾਰ ਲੋਕ ਵੀ ਕਿ ਬਈ ਗੌਰਮੈਂਟ ਨੇ ਕੁਛ ਕਰਨਾ ਹੈ ਤੇ ਫਿਰ ਨਹੀਂ ਸੀ ਹੋਣਾ। ਇਹਨਾਂ ਸਾਰਿਆਂ ਨੇ ਰਲ ਕੇ ਆਪ ਉਹ ਕੰਮ ਸ਼ੁਰੂ ਕਰ ਦਿੱਤਾ ਔਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਹੈ। ਉਸ ਰਿਜ਼ਲਟ ਦਾ ਹੁਣ ਜਿਹੜੇ ਸਾਹਮਣੇ ਆਇਆ ਉਹ ਤੁਸੀਂ ਵੇਖਦੇ ਹੋ, ਤੇ ਇਹਨਾਂ ਦੀ ਫਿਲਮ ਕੈਨੇਡਾ ਵੀ ਬਣ ਰਹੀ ਹੈ, ਇੰਗਲੈਂਡ ਵੀ ਬਣ ਰਹੀ ਹੈ, ਇਹਨਾਂ ਨੇ ਰਾਵਾਂ ਲੱਭੀਆਂ ਨੇ। ਇਹਨਾਂ ਨੂੰ ਪਤਾ ਲੱਗਿਆ ਵੀ ਕੈਨੇਡਾ ਤੇ ਇੰਗਲੈਂਡ ਵਿੱਚ ਰਿਬੇਟ ਮਿਲਦਾ ਹੈ, ਰੁਬੇਟ ਮਿਲ ਜਾਂਦਾ ਫਿਲਮ ਦਾ, ਔਰ ਜਿੱਥੇ ਉੱਥੇ ਟੈਕਸ ਸ਼ੈਕਸੀ ਉਹ ਬਾਹ ਕੇ ਉੱਥੇ ਜਾ ਕੇ ਫਿਲਮ ਬਣਾਉਣ ਲੱਗ ਪਏ ਨੇ ਔਰ ਬਹੁਤ ਅੱਛੀ ਬਣਾਉਣ ਲੱਗ ਪਏ। ਅੱਛਾ, ਮੈਂ ਸਾਰੀ ਜ਼ਿੰਦਗੀ 'ਚ ਅਸੀਂ ਇੰਡੀਆ ਦਲੀਪ ਕੁਮਾਰ ਸਾਹਿਬ ਨੂੰ ਮਿਲਣ ਵਾਸਤੇ ਪੈਂਦੀ ਹੈ ਜੀ, ਮੈਂ ਅਤੇ ਤਾਹਿਰ ਮੀਰ ਸਾਹਿਬ ਵੀ ਮੈਨੂੰ ਲੈ ਕੇ ਗਏ ਉੱਥੇ ਜਾ ਕੇ ਵੀ ਨਾ ਜੀ, ਅਸੀਂ ਦਲੀਪ ਸਾਹਿਬ ਨੂੰ ਮਿਲੇ ਨਾ,
ਤੇ ਮੈਂ ਆਪਣੀ ਮੈਂ ਗੁਜਰਾਂ ਵਾਲੇ ਦਾ ਵਾਂ ਹਾਂਜੀ ਰਣਜੀਤ ਸਿੰਘ ਦੇ ਸ਼ਹਿਰ ਹਰੀ ਸਿੰਘ ਨਲਵਾ ਵੀ ਉੱਥੋਂ ਦੇ ਸਰ ਮੈਂ ਦੱਸਣਾ ਜੀ ਮੈਂ ਗੁਜਰਾਂ ਵਾਲੇ ਹੀ ਆਇਆ ਮੈਂ ਦੱਸਣਾ ਸਰ ਜਰਨੈਲ ਹਰੀ ਸਿੰਘ ਨਲਵਾ ਤੇ ਰਣਜੀਤ ਸਿੰਘ ਦੀ ਬਾਰਾਂ ਦਰੀ ਚ ਮੈਂ ਖੇਡੇ ਆ ਵਾਂ ਮੈਂ ਨਿੱਘਾ ਜਿਹਾ ਸਾਂ ਤੇ ਸ਼ੇਰਾਂ ਦੇ ਬਾਗ ਚ ਬਾਰਾਂ ਦਰੀ ਹੁੰਦੀ ਸੀ ਤੇ ਨਾਨਕੇ ਜਾਈਦਾ ਸੀ ਤੇ ਮਾਂ ਦਾ ਹੱਥ ਛੁਡਾ ਕੇ ਫਟਾ ਤੋਂ ਬਾਰਾਂ ਦਰੀ ਚ ਵੜ ਕੇ ਦੇ ਥਰੋ ਥਰੋ ਭੁੱਖ ਘੁਮਾ ਕੇ ਫਿਰ ਥੱਲੇ ਛਾਲ ਮਾਰਦੀ ਤੇ ਉਹ ਮੇਰੀ ਤਰ੍ਹਾਂ ਉਰਦੂ ਮੈਨੂੰ ਦੂਰ ਪੈਂਦੀ ਹੈ ਹਿੰਦੀ ਉਰਦੂ ਮੈਨੂੰ ਥੋੜੀ ਜਿਹੀ ਦੂਰ ਪੈਂਦੀ ਹੈ ਮੈਂ ਜਦੋਂ ਇੱਥੇ ਕੰਮ ਕਰਨ ਆਇਆ ਨਾ ਮੈਨੂੰ ਦਸ ਕੁ ਸਾਰੇ ਹੀ ਸੁਣਿਆ ਮਿਲਿਆ ਤੇਰੀ ਉਰਦੂ ਨੀ ਠੀਕ ਹੋਏ ਮੈਂ ਕਿਹਾ ਮੇਰੀ ਉਰਦੂ ਠੀਕ ਹੈ ਮੇਰੇ ਚੋਂ ਕੋਈ ਰਾਣਾ ਨੀ ਨਿਕਲਦਾ ਦੱਸਣੇ ਲੱਗਾ ਕਿ ਮੈਂ ਨਾ ਜੀ ਬੜਾ ਤਿਆਰ ਤਿਉਰ ਹੋ ਗਿਆ ਨਾ ਕੈਸਲ ਬਾਈ ਉਹ ਗਰੀਬ ਸਾਹਿਬ ਨੂੰ ਅੱਛਾ ਉਦੋਂ ਪਹਿਲੇ ਅਸੀਂ ਯਸ਼ ਚੋਪੜਾ ਸਾਹਿਬ ਕੋਲ ਗਏ ਜਿਹਨਾਂ ਨੇ ਸਾਨੂੰ ਮਿਲਵਾਉਣਾ ਸੀ ਤੇ ਉਹ ਮੀਰ ਸਾਹਿਬ ਕਿਉਂਕਿ ਛੋਟੇ ਭਰਾ ਵੀ ਨੇ ਤੇ ਹਮੇਸ਼ਾ ਹੀ ਮੁਹੱਬਤ ਕਰਦੇ ਨੇ ਬੜਾ ਤਿਆਰੇ ਨਾਲ ਨਾ ਕਹਿ ਰਹੇ ਨੇ ਕਿ ਯਸ਼ ਸਾਹਿਬ ਇਹ ਸੁਹੇਲ ਅਹਿਮਦ ਸਾਹਿਬ ਨੂੰ ਤਿੰਨ ਸਦਾਰਤੀ ਅਵਾਰਡ ਮਿਲੇ ਨੇ ਤੇ ਹਲੇ ਨਹੀਂ ਇਹਨਾਂ ਗੱਲ ਗਈ ਯਾਰ ਛੱਡ ਦੇ ਮੈਂ ਵੀ ਪੰਜਾਬੀ ਹਾਂ ਮੈਨੂੰ ਵੀ ਦੱਸ ਮੈਂ ਲੋਰੀਆ ਵਾਂ ਲੋਰੀਆ ਮੈਂ ਵੀ